ਮੇਰੇ ਪਿਤਾ ਪ੍ਰਧਾਨ ਮੰਤਰੀ ਵੱਜ ਗਏ ਦਾ ਕੱਲ੍ਹ ਫੋਨ ਆਇਆ ਸੀਗਾ ਅਤੇ ਉਹ ਕਹਿੰਦੇ ਸੀਗੇ ਕਿ ਚੋਣਾਂ ਲੜਾਂਗੇ। ਇਹ ਤਾਂ ਉਹਨਾਂ ਨੇ ਆਖਿਆ ਸੀ ਕਿ ਜੇ ਸੰਗਤਾਂ ਦਾ ਪਿਆਰ ਰਿਹਾ ਚੋਣ ਜ਼ਰੂਰ ਲੜਾਂਗੇ। ਸਾਡੇ ਨਾਲ ਮੌਜੂਦ ਆ ਆਕਾਸ਼ਦੀਪ, ਉਹਨਾਂ ਦੇ ਬੇਟੇ, ਇਹਨਾਂ ਨਾਲ ਗੱਲ ਕਰ ਲੈਂਦੇ ਨੇ ਕਿ ਪਿਤਾ ਜੀ ਨਾਲ ਕਦੋਂ ਗੱਲ ਹੋਈ ਔਰ ਕੀ ਕਹਿਣਾ ਸੀਗਾ। ਆਕਾਸ਼ਦੀਪ, ਕੀ ਗੱਲ ਹੋਈ ਸੀ ਪਿਤਾ ਜੀ ਨਾਲ? ਕੱਲ੍ਹ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਹਦੇ ਵਿੱਚ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ, ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ, ਉਹਨਾਂ ਨੂੰ ਤੁਸੀਂ ਧੰਨਵਾਦ ਵੀ ਕੀਤਾ, ਔਰ ਦੂਜੇ ਪਾਸੇ ਆਪਣੇ ਪਿਤਾ ਦੀ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦੀ, ਗਿੱਦੜਵਾ ਤੋਂ ਚੋਣ ਲੜਨ ਦੀ ਵੀ ਇੱਕ ਗੱਲ ਆਖੀ ਹੈ ਔਰ ਲੋਕਾਂ ਦਾ ਸਮਰਥਨ ਵੀ ਮੰਗਿਆ। ਕੀ ਕਹੋਗੇ, ਕੀ ਪਿਤਾ ਜੀ ਨਾਲ ਗੱਲ ਹੋਈ ਸੀ, ਕਦੋਂ ਹੀ ਕੀ ਕਹਿੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੱਲ੍ਹ ਫੋਨ ਆਇਆ ਸੀਗਾ ਅਤੇ ਉਹ ਕਹਿੰਦੇ ਸੀਗੇ ਕਿ ਚੋਣਾਂ ਲੜਾਂਗੇ, ਤੂੰ ਵੀਡੀਓ ਪਾ ਦੇ, ਜੇ ਸੰਗਤਾਂ ਦਾ ਪਿਆਰ ਰਿਹਾ ਚੋਣਾਂ ਜ਼ਰੂਰ ਲੜਨਗੇ। ਅਤੇ ਅਜੇ ਘਰ ਮਤਬਲ ਫੈਮਿਲੀ ਨਾਲ ਗੱਲ ਚੱਲਦੀ ਪਈ ਹੈ ਅਤੇ ਉੱਥੇ ਮਤਲਬ ਜੇਲ੍ਹ 'ਚ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਗੱਲ ਚੱਲਦੀ ਪਈ, ਜਦੋਂ ਉਹਨਾਂ ਨੇ ਸਾਨੂੰ ਦੱਸਤਾ, ਉਹਨਾਂ ਨੇ ਪਰਸੋਂ ਫੋਨ ਲਾ ਕੇ ਸਾਨੂੰ ਦੱਸ ਦੇਣਾ ਹੈ ਅਤੇ ਅਸੀਂ ਚੌਥ ਵੀਡੀਓ ਪਾ ਕੇ ਸਾਰੀਆਂ ਸੰਗਤਾਂ ਨੂੰ ਦੱਸ ਦਾਂਗੇ ਚੋਣ ਲੜਨੇ ਆ ਕਿ ਨਹੀਂ। ਕੀ ਕਹਿਣਾ ਸੀਗਾ ਉਹਨਾਂ ਦਾ ਕਿ ਕਿਹੜੀ ਜਗ੍ਹਾ ਤੋਂ ਚੋਣ ਲੜਨੀ ਹੈ, ਜ਼ਿਮਨੀ ਚੋਣਾਂ ਕਈ ਹੋਣੀਆਂ ਪੰਜਾਬ ਦੇ ਵਿੱਚ, ਕਿੱਥੋਂ ਚੋਣ ਲੜਨੀ ਹੈ? ਗਿੱਦੜਵਾ ਤੋਂ ਚੋਣ ਲੜਨੀ ਉਹਨਾਂ ਨੇ। ਕੁਛ ਗੱਲ ਹੋਈ ਖਾਸ ਗਿੱਦੜਵਾ ਤੋਂ ਕਿ ਚੋਣ ਕਿਉਂ ਲੜਨੀ ਹੈ? ਇਹ ਤਾਂ ਉਹਨਾਂ ਨੇ ਆਖਿਆ ਕਿ ਜੇ ਸੰਗਤਾਂ ਦਾ ਪਿਆਰ ਰਿਹਾ ਚੋਣ ਜ਼ਰੂਰ ਲੜਾਂਗੇ। ਹੁਣ ਕੀ ਕਹਿਣਾ ਉਹਨਾਂ ਦਾ, ਕਿ ਫਾਈਨਲ ਹੋਇਆ ਹੈ ਕਿ ਕਦੋਂ ਫਾਈਨਲ ਕੀਤਾ ਜਾਏਗਾ? ਇਹ ਫਾਈਨਲ ਮਤਲਬ ਮੇਰੇ ਪਾਪਾ ਦਾ ਪਰਸੋਂ ਫੋਨ ਆਏਗਾ, ਚੌਥ ਅਸੀਂ ਦੱਸ ਦਾਂਗੇ, ਮਤਲਬ ਹੁਣ ਜਦੋਂ ਦੱਸਤਾ ਤਾਂ ਅਸੀਂ ਸੰਗਤਾਂ ਤੱਕ ਸੁਨੇਹਾ ਪਹੁੰਚਾ ਦਾਂਗੇ। ਆਕਾਸ਼ਦੀਪ, ਤੁਹਾਡੀ ਉਮਰ 14 ਸਾਲ ਦੀ ਹੈ, 8ਵੀਂ 'ਚ ਤੁਸੀਂ ਪੜ੍ਹਦੇ ਹੋ, ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਪਾਈਆਂ, ਪਰਿਵਾਰ ਦੇ ਵਿੱਚ ਹੋਰ ਮੈਂਬਰਾਂ ਨਾਲ ਸਲਾਹ ਕੀਤੀ ਸੀ, ਗੱਲ ਕੀਤੀ ਕਿ ਪਿਤਾ ਜੀ ਇੱਦਾਂ ਚੁਣਾਵ ਲੜਨ ਜਾ ਰਹੇ ਆ, ਜਾਂ ਦਾਦਾ ਜੀ ਦਾ ਕੀ ਕਹਿਣਾ ਸੀ? ਮੇਰੇ ਪਾਪਾ ਜੀ ਦਾ ਫੋਨ ਆਇਆ ਅਤੇ ਉਹਨਾਂ ਨੇ ਆਖਿਆ ਸੀਗਾ ਕਿ ਮਤਲਬ ਤੂੰ ਵੀਡੀਓ ਪਾ ਦੇ, ਸੰਗਤਾਂ ਦਾ ਪਿਆਰ ਜਿਵੇਂ ਹੁਣ ਰਿਹਾ ਅਤੇ ਜ਼ਰੂਰ ਲੜਨਗੇ। ਮੇਰੇ ਘਰ ਦੇ ਫੈਮਿਲੀ ਨੇ ਵੀ ਗੱਲ ਕਰਕੇ ਦੱਸਤਾ ਜੀ ਕਿ ਵੀਡੀਓ ਤੂੰ ਪਾ ਦੇ, ਜੇ ਸੰਗਤਾਂ ਦਾ ਪਿਆਰ ਰਿਹਾ ਲੜਨਾਗੇ ਚੋਣਾਂ। ਫਿਰ ਅਸੀਂ ਮਤਲਬ ਹੁਣ ਪਰਸੋਂ ਫੋਨ ਮੇਰੇ ਪਿਤਾ ਜੀ ਦਾ ਆਵੇਗਾ ਅਤੇ ਫਿਰ ਅਸੀਂ ਫਾਈਨਲ ਕਰਕੇ ਦੱਸ ਦਾਂਗੇ। ਉਸ ਤੋਂ ਬਾਅਦ ਕੋਈ ਗੱਲ ਹੋਈ ਪਿਤਾ ਜੀ ਨਾਲ? ਜਦੋਂ ਵੀਡੀਓ ਪਾਉਣ ਤੋਂ ਬਾਅਦ ਤੁਹਾਨੂੰ ਬਹੁਤ ਫੋਨ ਆਏ ਹੋਣੇ ਲੋਕਾਂ ਦੇ, ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਹੋਣੇ ਆ, ਗੱਲਾਂ ਵੀ ਕੀਤੀਆਂ ਹੋਣੀਆਂ, ਕੀ ਕਹਿਣਾ ਸੀਗਾ ਲੋਕਾਂ ਦਾ ਕਿ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਜੀ ਲੋਕਾਂ ਦਾ? ਸੰਗਤਾਂ ਦਾ ਤਾਂ ਬਹੁਤ ਪਿਆਰ ਹੈ, ਉਹ ਫੋਨ ਲਾ ਕੇ ਆਉਂਦੇ ਸੀਗੇ ਕਿ ਜ਼ਰੂਰ ਚੋਣਾਂ ਲੜਨ ਅਸੀਂ ਜਿਤਾਵਾਂਗੇ ਅਤੇ ਹੁਣ ਮਤਲਬ ਭਾਈ ਅੰਮ੍ਰਿਤਪਾਲ ਸਿੰਘ ਜੀ ਗੱਲ ਕਰਕੇ ਆਪਾਂ ਨੂੰ ਦੱਸ ਦੇਣਗੇ ਅਤੇ ਫਿਰ ਅਸੀਂ ਵੀਡੀਓ ਪਾ ਦਾਂਗੇ ਅਤੇ ਮਤਲਬ ਸੰਗਤਾਂ ਤੱਕ ਸੁਨੇਹਾ ਪਹੁੰਚਾ ਦਾਂਗੇ। ਕਿਤੇ ਕਦੋਂ ਤੱਕ ਫਾਈਨਲ ਹੋ ਜਾਏਗਾ? ਮਤਲਬ ਪਰਸੋਂ ਫੋਨ ਆਏਗਾ, ਅਸੀਂ 14 ਵੀਡੀਓ ਪਾ ਦਾਂਗੇ। ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੱਲ੍ਹ ਫੋਨ ਆਇਆ ਸੀਗਾ ਅਤੇ ਉਹ ਕਹਿੰਦੇ ਸੀਗੇ ਕਿ ਚੋਣਾਂ ਲੜਾਂਗੇ। ਇਹ ਤਾਂ ਉਹਨਾਂ ਨੇ ਆਖਿਆ ਕਿ ਜੇ ਸੰਗਤਾਂ ਦਾ ਪਿਆਰ ਰਿਹਾ ਚੋਣ ਜ਼ਰੂਰ ਲੜਾਂਗੇ। ਸਾਡੇ ਨਾਲ ਮੌਜੂਦ ਆ ਆਕਾਸ਼ਦੀਪ, ਉਹਨਾਂ ਦੇ ਬੇਟੇ, ਇਹਨਾਂ ਨਾਲ ਗੱਲ ਕਰ ਲੈਂਦੇ ਨੇ ਕਿ ਪਿਤਾ ਜੀ ਨਾਲ ਕਦੋਂ ਗੱਲ ਹੋਈ ਔਰ ਕੀ ਕਹਿਣਾ ਸੀਗਾ। ਆਕਾਸ਼ਦੀਪ, ਕੀ ਗੱਲ ਹੋਈ ਸੀ ਪਿਤਾ ਜੀ ਨਾਲ? ਕੱਲ੍ਹ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਹਦੇ ਵਿੱਚ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ, ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ, ਉਹਨਾਂ ਨੂੰ ਤੁਸੀਂ ਧੰਨਵਾਦ ਵੀ ਕੀਤਾ, ਔਰ ਦੂਜੇ ਪਾਸੇ ਆਪਣੇ ਪਿਤਾ ਦੀ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦੀ, ਗਿੱਦੜਵਾ ਤੋਂ ਚੋਣ ਲੜਨ ਦੀ ਵੀ ਇੱਕ ਗੱਲ ਆਖੀ ਹੈ ਔਰ ਲੋਕਾਂ ਦਾ ਸਮਰਥਨ ਵੀ ਮੰਗਿਆ। ਕੀ ਕਹੋਗੇ, ਕੀ ਪਿਤਾ ਜੀ ਨਾਲ ਗੱਲ ਹੋਈ ਸੀ, ਕਦੋਂ ਹੀ ਕੀ ਕਹਿੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੱਲ੍ਹ ਫੋਨ ਆਇਆ ਸੀਗਾ ਅਤੇ ਉਹ ਕਹਿੰਦੇ ਸੀਗੇ ਕਿ ਚੋਣਾਂ ਲੜਾਂਗੇ, ਤੂੰ ਵੀਡੀਓ ਪਾ ਦੇ, ਜੇ ਸੰਗਤਾਂ ਦਾ ਪਿਆਰ ਰਿਹਾ ਚੋਣਾਂ ਜ਼ਰੂਰ ਲੜਨਗੇ। ਅਤੇ ਅਜੇ ਘਰ ਮਤਬਲ ਫੈਮਿਲੀ ਨਾਲ ਗੱਲ ਚੱਲਦੀ ਪਈ ਹੈ ਅਤੇ ਉੱਥੇ ਮਤਲਬ ਜੇਲ੍ਹ 'ਚ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਗੱਲ ਚੱਲਦੀ ਪਈ, ਜਦੋਂ ਉਹਨਾਂ ਨੇ ਸਾਨੂੰ ਦੱਸਤਾ, ਉਹਨਾਂ ਨੇ ਪਰਸੋਂ ਫੋਨ ਲਾ ਕੇ ਸਾਨੂੰ ਦੱਸ ਦੇਣਾ ਹੈ ਅਤੇ ਅਸੀਂ ਚੌਥ ਵੀਡੀਓ ਪਾ ਕੇ ਸਾਰੀਆਂ ਸੰਗਤਾਂ ਨੂੰ ਦੱਸ ਦਾਂਗੇ ਚੋਣ ਲੜਨੇ ਆ ਕਿ ਨਹੀਂ। ਕੀ ਕਹਿਣਾ ਸੀਗਾ ਉਹਨਾਂ ਦਾ ਕਿ ਕਿਹੜੀ ਜਗ੍ਹਾ ਤੋਂ ਚੋਣ ਲੜਨੀ ਹੈ, ਜ਼ਿਮਨੀ ਚੋਣਾਂ ਕਈ ਹੋਣੀਆਂ ਪੰਜਾਬ ਦੇ ਵਿੱਚ, ਕਿੱਥੋਂ ਚੋਣ ਲੜਨੀ ਹੈ? ਗਿੱਦੜਵਾ ਤੋਂ ਚੋਣ ਲੜਨੀ ਉਹਨਾਂ ਨੇ। ਕੁਛ ਗੱਲ ਹੋਈ ਖਾਸ ਗਿੱਦੜਵਾ ਤੋਂ ਕਿ ਚੋਣ ਕਿਉਂ ਲੜਨੀ ਹੈ? ਇਹ ਤਾਂ ਉਹਨਾਂ ਨੇ ਆਖਿਆ ਕਿ ਜੇ ਸੰਗਤਾਂ ਦਾ ਪਿਆਰ ਰਿਹਾ ਚੋਣ ਜ਼ਰੂਰ ਲੜਾਂਗੇ। ਹੁਣ ਕੀ ਕਹਿਣਾ ਉਹਨਾਂ ਦਾ, ਕਿ ਫਾਈਨਲ ਹੋਇਆ ਹੈ ਕਿ ਕਦੋਂ ਫਾਈਨਲ ਕੀਤਾ ਜਾਏਗਾ? ਇਹ ਫਾਈਨਲ ਮਤਲਬ ਮੇਰੇ ਪਾਪਾ ਦਾ ਪਰਸੋਂ ਫੋਨ ਆਏਗਾ, ਚੌਥ ਅਸੀਂ ਦੱਸ ਦਾਂਗੇ, ਮਤਲਬ ਹੁਣ ਜਦੋਂ ਦੱਸਤਾ ਤਾਂ ਅਸੀਂ ਸੰਗਤਾਂ ਤੱਕ ਸੁਨੇਹਾ ਪਹੁੰਚਾ ਦਾਂਗੇ।
ਆਕਾਸ਼ਦੀਪ, ਤੁਹਾਡੀ ਉਮਰ 14 ਸਾਲ ਦੀ ਹੈ, 8ਵੀਂ 'ਚ ਤੁਸੀਂ ਪੜ੍ਹਦੇ ਹੋ, ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਪਾਈਆਂ, ਪਰਿਵਾਰ ਦੇ ਵਿੱਚ ਹੋਰ ਮੈਂਬਰਾਂ ਨਾਲ ਸਲਾਹ ਕੀਤੀ ਸੀ, ਗੱਲ ਕੀਤੀ ਕਿ ਪਿਤਾ ਜੀ ਇੱਦਾਂ ਚੁਣਾਵ ਲੜਨ ਜਾ ਰਿਹਾ, ਜਾਂ ਦਾਦਾ ਜੀ ਦਾ ਕੀ ਕਹਿਣਾ ਸੀ? ਮੇਰੇ ਪਾਪਾ ਜੀ ਦਾ ਫੋਨ ਆਇਆ ਅਤੇ ਉਹਨਾਂ ਨੇ ਆਖਿਆ ਸੀਗਾ ਕਿ ਮਤਲਬ ਤੂੰ ਵੀਡੀਓ ਪਾ ਦੇ, ਸੰਗਤਾਂ ਦਾ ਪਿਆਰ ਜਿਵੇਂ ਹੁਣ ਰਿਹਾ ਅਤੇ ਜ਼ਰੂਰ ਲੜਨਗੇ। ਮੇਰੇ ਘਰ ਦੇ ਫੈਮਿਲੀ ਨੇ ਵੀ ਗੱਲ ਕਰਕੇ ਦੱਸਤਾ ਜੀ ਕਿ ਵੀਡੀਓ ਤੂੰ ਪਾ ਦੇ ਅਤੇ ਸੰਗਤਾਂ ਦਾ ਪਿਆਰ ਰਿਹਾ, ਲੜਨਾਗੇ ਚੋਣਾਂ। ਫਿਰ ਅਸੀਂ ਮਤਲਬ ਹੁਣ ਪਰਸੋਂ ਫੋਨ ਮੇਰੇ ਪਿਤਾ ਜੀ ਦਾ ਆਵੇਗਾ ਅਤੇ ਫਿਰ ਅਸੀਂ ਫਾਈਨਲ ਕਰਕੇ ਦੱਸ ਦਾਂਗੇ। ਉਸ ਤੋਂ ਬਾਅਦ ਕੋਈ ਗੱਲ ਹੋਈ ਪਿਤਾ ਜੀ ਨਾਲ? ਜਦੋਂ ਵੀਡੀਓ ਪਾਉਣ ਤੋਂ ਬਾਅਦ ਤੁਹਾਨੂੰ ਬਹੁਤ ਫੋਨ ਆਏ ਹੋਣੇ ਲੋਕਾਂ ਦੇ, ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਹੋਣੇ ਆ, ਗੱਲਾਂ ਵੀ ਕੀਤੀਆਂ ਹੋਣੀਆਂ, ਕੀ ਕਹਿਣਾ ਸੀਗਾ ਲੋਕਾਂ ਦਾ ਕਿ ਕਿਸ ਤਰ੍ਹਾਂ ਸਮਰਥਨ ਮਿਲ ਰਿਹਾ ਜੀ ਲੋਕਾਂ ਦਾ? ਸੰਗਤਾਂ ਦਾ ਤਾਂ ਬਹੁਤ ਪਿਆਰ ਹੈ, ਉਹ ਫੋਨ ਲਾ ਕੇ ਆਉਂਦੇ ਸੀਗੇ ਕਿ ਜ਼ਰੂਰ ਚੋਣਾਂ ਲੜਨ ਅਸੀਂ ਜਿਤਾਵਾਂਗੇ ਅਤੇ ਹੁਣ ਮਤਲਬ ਭਾਈ ਅੰਮ੍ਰਿਤਪਾਲ ਸਿੰਘ ਜੀ ਗੱਲ ਕਰਕੇ ਆਪਾਂ ਨੂੰ ਦੱਸ ਦੇਣਗੇ ਅਤੇ ਫਿਰ ਅਸੀਂ ਵੀਡੀਓ ਪਾ ਦਾਂਗੇ ਅਤੇ ਮਤਲਬ ਸੰਗਤਾਂ ਤੱਕ ਸੁਨੇਹਾ ਪਹੁੰਚਾ ਦਾਂਗੇ। ਕਦੋਂ ਤੱਕ ਫਾਈਨਲ ਹੋ ਜਾਏਗਾ? ਮਤਲਬ ਪਰਸੋਂ ਫੋਨ ਆਏਗਾ, ਅਸੀਂ 14 ਵੀਡੀਓ ਪਾ ਦਾਂਗੇ।